ਸਰ ਅੱਜ ਭੀਮ ਨਗਰ ਵਿੱਚ ਇੱਕ ਮੀਟਿੰਗ ਰੱਖੀ ਜਾ ਰਹੀ ਹੈ, ਕੀ ਸਰ ਹੈਗਾ ਸਿਸਟਮ? ਤੁਹਾਨੂੰ ਧਿਆਨ ਦੇ ਵਿੱਚ ਹੈ ਕਿ ਲੋਕਤੰਤਰ ਦਾ ਸਭ ਨਾਲੋਂ ਵੱਡਾ ਮਹਾਂਪਰਵ ਲੋਕ ਸਭਾ ਚੁਣਾਵ ਚੱਲ ਰਹੇ ਨੇ ਔਰ ਇਹ ਚੁਣਾਵ ਆਪਣੇ ਆਖਰੀ ਚਰਨ ਦੇ ਵਿੱਚ ਹੈ ਔਰ ਇਸ ਚੁਣਾਵ ਪ੍ਰਚਾਰ ਜਿਹੜਾ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਚੱਲ ਰਿਹਾ ਹੈ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ 30 ਤਾਰੀਖ ਨੂੰ ਉਹ ਖਤਮ ਹੋਣ ਜਾ ਰਿਹਾ ਪੂਰੇ ਦੇਸ਼ ਭਰ ਦੇ ਵਿੱਚ ਵੀ। ਸੋ ਜਿਹੜਾ ਕਿ ਇੱਥੇ ਭੀਮਨਗਰ ਸੁੰਦਰ ਨਗਰ ਦਾ ਇਲਾਕਾ ਹੈ, ਇੱਥੇ ਪੂਰਵਾਂਚਲ ਦੇ ਬਹੁਤ ਸਾਰੇ ਸਾਡੇ ਸਾਥੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਕਾਰਜਕਰਤਾ ਨੇ ਔਰ ਉਹਨਾਂ ਦਾ ਇਹ ਆਗਰਾ ਸੀਗਾ, ਉਹਨਾਂ ਦੀ ਇਹ ਅਪੀਲ ਸੀਗੀ ਕਿ ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਆਦਰਨੀਏ ਮਨੋਜ ਤਿਵਾਰੀ ਜੀ ਉਹ ਇਸ ਚੁਣਾਵੀ ਸਭਾ ਦੇ ਵਿੱਚ ਆਉਣ। ਸੋ ਪ੍ਰਦੇਸ਼ ਨੇਤ੍ਰਿਤਵ ਵੱਲੋਂ ਔਰ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਦੇ ਵੱਲੋਂ ਨਿਵੇਦਨ ਕਰਨ ਦੇ ਉੱਤੇ ਭਾਈ ਮਨੋਜ ਤਿਵਾਰੀ ਜੀ ਕੱਲ੍ਹ ਸ਼ਾਮ 5 ਵਜੇ ਦਿਨ ਮੰਗਲਵਾਰ 28 ਤਰੀਕ ਨੂੰ ਸ਼ਾਮ ਨੂੰ 5 ਵਜੇ ਇੱਥੇ ਭੀਮਨਗਰ ਦੇ ਵਿੱਚ ਪਹੁੰਚਣ ਵਾਲੇ ਨੇ ਅਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਆਪਣੇ ਪੂਰਵਾਂਚਲ ਦੇ ਸਾਥੀਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਲਈ ਵੋਟ ਮੰਗਣਗੇ ਔਰ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਦੇ ਪਕਸ਼ ਦੇ ਵਿੱਚ ਚੁਣਾਵ ਪ੍ਰਚਾਰ ਕਰਨਗੇ। ਔਰ ਇਸ ਦੇ ਨਾਲ ਨਾਲ ਹੀ ਇਹ ਵੀ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ 30 ਤਰੀਕ ਨੂੰ ਦਿਨ ਵੀਰਵਾਰ ਸਵੇਰੇ 9 ਵਜੇ ਹੁਸ਼ਿਆਰਪੁਰ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਸਾਡੇ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਲੋਕ ਸਭਾ ਦੀ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਨ ਆ ਰਹੇ ਨੇ। ਉਸ ਦਿਨ ਚੁਣਾਵ ਦਾ ਪ੍ਰਚਾਰ ਦਾ ਆਖਰੀ ਦਿਨ ਹੈ ਔਰ ਹੁਸ਼ਿਆਰਪੁਰ ਲੋਕ ਸਭਾ ਦੇ ਇਲਾਕਾ ਨਿਵਾਸੀ ਔਰ ਪਾਰਟੀ ਦੇ ਕਾਰਜਕਰਤਾ ਬੜੇ ਸੌਭਾਗਿਆਸ਼ਾਲੀ ਨੇ ਕਿ ਚੁਣਾਵ ਪ੍ਰਚਾਰ ਦੇ ਆਖਰੀ ਦਿਨ ਸਾਨੂੰ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਨੇ ਉਹ ਸਾਰੇ ਕਾਰਜਕਰਤਾਵਾਂ ਦੇ ਵਿੱਚ ਇੱਕ ਨਵੀਂ ਊਰਜਾ ਔਰ ਸ਼ਕਤੀ ਦਾ ਸੰਚਾਰ ਕਰਨ ਆ ਰਹੇ ਨੇ ਔਰ ਅਸੀਂ ਤੁਹਾਡੇ ਮਾਧਿਅਮ ਦੇ ਨਾਲ ਮੀਡੀਆ ਦੇ ਮਾਧਿਅਮ ਦੇ ਨਾਲ ਪੂਰੀ ਲੋਕ ਸਭਾ ਦੇ ਸਾਥੀਆਂ ਨੂੰ ਔਰ ਹਰ ਇਲਾਕਾ ਨਿਵਾਸੀਆਂ ਨੂੰ ਇਹ ਨਿਵੇਦਨ ਕਰਦੇ ਹਾਂ ਕਿ 30 ਤਾਰੀਖ ਨੂੰ ਸਵੇਰੇ 9 ਵਜੇ ਦੁਸ਼ਹਿਰਾ ਗਰਾਊਂਡ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਆਪਣੇ ਓਜਸਵੀ ਹਰਮਨ ਪਿਆਰੇ ਦੇਸ਼ ਦੇ ਵਿਸ਼ਵ ਦੇ ਪ੍ਰਸਿੱਧ ਲੋਕਪ੍ਰਿਯ ਜਨ ਨਾਇਕ ਨੇਤਾ ਸ਼੍ਰੀ ਨਰਿੰਦਰ ਮੋਦੀ ਜੀ ਦੇ ਵਿਚਾਰ ਸੁਣਨ ਲਈ ਜ਼ਰੂਰ ਉੱਥੇ ਆਓ। ਧੰਨਵਾਦ। ਸਰ ਕੀ ਲੱਗਦਾ ਕਿ ਚੋਣ ਜਿੱਤਣ ਤੋਂ ਬਾਅਦ ਵੀ ਜੇ ਅਨੀਤਾ ਸੋਮ ਪ੍ਰਕਾਸ਼ ਚੋਣ ਜਿੱਤਦੇ ਨੇ ਤਾਂ ਉਸ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਜਿੱਦਾਂ ਹੁਣ ਵਿਚਰਿਆ ਜਾ ਰਿਹਾ ਅਤੇ ਉਸੇ ਤਰ੍ਹਾਂ ਹੀ ਜਿੱਦਾਂ ਕਿ ਸੋਮ ਪ੍ਰਕਾਸ਼ ਤਾਂ ਕਦੀ ਮੁਹੱਲਿਆਂ ਵਿੱਚ ਨਹੀਂ ਪਹੁੰਚੇ ਤਾਂ ਹੁਣ ਉਹ ਵੀ ਪਹੁੰਚ ਰਹੇ ਨੇ ਨਾਲ? ਚੁਣਾਵਾਂ ਦੇ ਸਮੇਂ ਦੇ ਵਿੱਚ ਨੇਤਾ ਆਉਂਦੇ ਨੇ ਜਾਂ ਚੁਣਾਵਾਂ 'ਚੋਂ ਬਾਅਦ ਨਹੀਂ ਆਉਂਦੇ ਨੇ, ਇਹ ਵਿਪਕਸ਼ੀ ਪਾਰਟੀਆਂ ਵੱਲੋਂ ਬਣਾਈ ਗਈਆਂ ਮਨਘੜਤ ਕਹਾਣੀਆਂ ਹੁੰਦੀਆਂ ਹੈ। ਜਿਹੜੇ ਲੋਕ ਸਭਾ ਦੇ ਸਾਂਸਦ ਹੁੰਦੇ ਨੇ ਉਹ ਦਿੱਲੀ ਦੇ ਵਿੱਚ ਬੈਠ ਕੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਦੀ ਪ੍ਰਾਥਮਿਕਤਾ ਦਿੰਦੇ ਨੇ ਕਿਉਂਕਿ ਇਹ ਚੁਣਾਵ ਪਾਰਸ਼ਦ ਸਤਰ ਦੇ ਨਹੀਂ ਹੁੰਦੇ ਨੇ। ਸੋ ਸਾਂਸਦ ਦਾ ਕੰਮ ਇੱਥੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਦਿੱਲੀ ਦੇ ਵਿੱਚ ਲੈ ਕੇ ਜਾਣਾ ਔਰ ਉਹਨਾਂ ਨੂੰ ਪੂਰੀ ਤਰ੍ਹਾਂ ਸਫਲ ਕਰਵਾਉਣ ਦੇ ਲਈ ਉਹਨਾਂ ਪ੍ਰਾਥਮਿਕਤਾਵਾਂ ਨੂੰ ਪਹਿਲ ਦੇਣਾ ਇਹ ਜ਼ਰੂਰੀ ਉਹਨਾਂ ਦੀ ਰਹਿੰਦੀ ਹੈ। ਸੋ ਉਸ ਤਰੀਕੇ ਦੇ ਨਾਲ ਸੋਮ ਪ੍ਰਕਾਸ਼ ਜੀ ਵੀ ਪੂਰੀ ਤਰੀਕੇ ਦੇ ਨਾਲ ਹਲਕੇ ਆਪਣੇ ਪੂਰੇ ਲੋਕ ਸਭਾ ਹਲਕੇ 'ਚ ਸਰਗਰਮ ਸੀਗੇ। ਇਸਲਾਮਾਬਾਦ ਉਹਨਾਂ ਦਾ ਦਫ਼ਤਰ ਜਿਹੜਾ ਉਹਨਾਂ ਦਾ ਆਪਣਾ ਸੰਸਦੀ ਕਾਰਿਆਲੇ ਆ ਉਹ 24 ਘੰਟੇ 7 ਦਿਨ ਉੱਥੇ ਅਵੇਲੇਬਲ ਰਹਿੰਦਾ ਸੀਗਾ ਔਰ ਬਹੁਤ ਸਾਰੇ ਲੋਕ ਉੱਥੇ ਜਾਂਦੇ ਵੀ ਸੀਗੇ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਵਿਪਕਸ਼ੀ ਪਾਰਟੀਆਂ ਵੱਲੋਂ ਇੱਕ ਮਨਘੜਤ ਕਹਾਣੀ ਬਣਾਈ ਗਈ ਕਿ ਸਾਂਸਦ ਆਪਣੇ ਇਲਾਕੇ 'ਚ ਨਹੀਂ ਆਏ। ਸਾਂਸਦ ਉਹੀ ਹੈ ਜਿਹੜੇ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਮਿਲ ਕੇ ਸਮਝ ਕੇ ਉਹਨਾਂ ਦੀ ਸਮੱਸਿਆਵਾਂ ਨੂੰ ਦਿੱਲੀ ਸਤਰ ਦੇ ਉੱਤੇ ਜਿਹੜੀ ਕੇਂਦਰ ਸਰਕਾਰ ਤੋਂ ਹੱਲ ਹੋਣ ਵਾਲੀਆਂ ਯੋਜਨਾਵਾਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਕਰਾਵੇ ਉਹ ਇੱਕ ਵਧੀਆ ਸਾਂਸਦ ਹੈ ਔਰ ਇਹ ਦੱਸਦੇ ਹੋਏ ਬੜਾ ਭਾਰਤੀ ਜਨਤਾ ਪਾਰਟੀ ਨੂੰ ਗਰਵ ਮਹਿਸੂਸ ਹੋ ਰਿਹਾ ਵਾ ਕਿ ਸੋਮ ਪ੍ਰਕਾਸ਼ ਜੀ ਨੇ ਦਾ
ਰਿਕਾਰਡ ਹੈ ਕਿ ਜਿੰਨਾ ਉਹਨਾਂ ਨੇ ਸਾਂਸਦ ਨਿਧੀ ਕੋਸ਼ ਇੱਥੇ ਇਸ ਲੋਕ ਸਭਾ ਹਲਕੇ 'ਚ ਖਰਚ ਕੀਤਾ ਹੈ, ਸ਼ਾਇਦ ਕਿਸੇ ਹੋਰ ਸਾਂਸਦ ਨੇ ਕੀਤਾ ਹੋਵੇ। ਦੂਸਰੀ ਗੱਲ, ਮੈਡਮ ਅਨੀਤਾ ਸੋਮ ਪ੍ਰਕਾਸ਼ ਸਮਾਜ ਸੇਵਿਕਾ ਦੇ ਰੂਪ ਦੇ ਵਿੱਚ ਇੱਕ ਆਪਣੀ ਉਹਨਾਂ ਦੀ ਵਿਲੱਖਣ ਪ੍ਰਤਿਭਾ ਹੈ, ਪੂਰੇ ਹਲਕੇ ਦੇ ਵਿੱਚ ਮਸ਼ਹੂਰ ਹੈ, ਜਿਸ ਆਧਾਰ ਦੇ ਉੱਤੇ ਪਾਰਟੀ ਨੂੰ ਉਹਨਾਂ ਨੂੰ ਕੰਸਿਡਰ ਕੀਤਾ ਸੀਗਾ ਔਰ ਟਿਕਟ ਦੇ ਕੇ ਨਵਾਜ਼ਿਆ ਸੀਗਾ। ਉਹ ਆਪਣੀ ਉਸੀ ਸਮਾਜ ਸੇਵਾ ਨੂੰ ਅੱਗੇ ਰੱਖਦੇ ਹੋਇਆ ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਔਰ ਉਹਨਾਂ ਦਾ ਇਹ ਜਿਹੜਾ ਰਾਜਨੀਤੀ ਦੇ ਨਾਲ ਸਿੱਧਾ ਤੌਰ 'ਤੇ ਸੰਪਰਕ ਨਾ ਹੋਣ ਦੇ ਕਾਰਨ ਵੀ ਫਿਰ ਵੀ ਉਹ ਇਸ ਰਾਜਨੀਤੀ ਨੂੰ ਸੇਵਾ ਦਾ ਮਾਧਿਅਮ ਜ਼ਰੂਰ ਮੰਨਦੇ ਨੇ। ਔਰ ਉਹਨਾਂ ਦਾ ਇਹ ਗੱਲ ਕਹਿਣਾ ਹੈ ਕਿ ਮੈਂ ਰਾਜਨੀਤੀ ਦੇ ਵਿੱਚ ਰਹਿ ਕੇ ਸਮਾਜ ਸੇਵਾ ਨੂੰ ਪ੍ਰਾਥਮਿਕਤਾ ਦਊਂਗੀ, ਲੋਕਾਂ ਦੇ ਵਿੱਚ ਹੀ ਰਹੂੰਗੀ। ਸੋ ਉਹਨਾਂ ਦੀ ਕਥਨੀ ਔਰ ਕਰਨੀ ਦੇ ਵਿੱਚ ਵੀ ਕੋਈ ਫਰਕ ਨਹੀਂ, ਔਰ ਆਪਣੇ ਕੰਮ ਲੱਗੇ ਹੋਏ ਨੇ। ਕੀ ਅਨੀਤਾ ਸੋਮ ਪ੍ਰਕਾਸ਼ ਟਿਕਟ ਦੇਣਾ ਪਰਿਵਾਰਵਾਦ ਨਹੀਂ ਮੰਨਿਆ ਜਾ ਰਿਹਾ? ਨਹੀਂ, ਕੋਈ ਪਰਿਵਾਰਵਾਦ ਨਹੀਂ ਹੈ। ਇਹ ਜਿਹੜੇ ਫੈਸਲੇ ਹੁੰਦੇ ਆ, ਉੱਪਰ ਸਾਡੀ ਸੰਸਦੀ ਬੋਰਡ ਦੀ ਪਾਰਲੀਮੈਂਟ ਬੋਰਡ ਤੈਅ ਕਰਦਾ ਹੈ, ਔਰ ਉੱਥੇ ਉਹਨਾਂ ਨੇ ਕੰਸਿਡਰ ਕਰਦੇ ਨੇ, ਉਹਦੇ ਉੱਤੇ ਪੈਮਾਨਾ ਤੈਅ ਹੁੰਦਾ ਵਾ। ਤੋ ਉਹ ਇਹ ਉਹਨੂੰ ਉੱਪਰਲੇ ਸਤਰ ਦੇ ਸ਼ੀਰਸ਼ ਨੇਤ੍ਰਿਤਵ ਦੀਆਂ ਗੱਲਾਂ, ਇਹਦੇ ਵਿੱਚ ਸਾਡਾ ਕੋਈ ਰੋਲ ਨਹੀਂ। ਪਹਿਲਾਂ ਕਦੀ ਫੀਲਡ ਦੇ ਵਿੱਚ ਵੇਖਿਆ ਵੀ ਨਹੀਂ ਗਿਆ, ਨਾ ਵਿਚਰਦੇ ਨੇ? ਅਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਨਾ, ਇੱਕ ਸਮਾਜ ਸੇਵਿਕਾ ਦੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਆਪਣੀ ਜਗ੍ਹਾ ਬਣਾਈ ਹੋਈ ਹੈ, ਤੋ ਉਹ ਉਸ ਦੇ ਆਧਾਰ ਦੇ ਉੱਤੇ ਪਾਰਟੀ ਨੇ ਉਹਨਾਂ ਨੂੰ ਕੰਸਿਡਰ ਕੀਤਾ, ਸਰਵੇ ਦੇ ਵਿੱਚ ਨਾਮ ਆਇਆ। ਸੋ ਇਹ ਪਾਰਟੀ ਦੇ ਹਾਈ ਕਮਾਂਡ ਦੇ ਫੈਸਲੇ ਨੇ, ਔਰ ਪਾਰਟੀ ਦੇ ਹਾਈ ਕਮਾਂਡ ਦੇ ਫੈਸਲੇ ਸਿਰ ਮੱਥੇ ਹੁੰਦੇ ਨੇ ਹਰ ਕਾਰਯਕਰਤਾ ਨੂੰ।